नाउ सामने हाय हो मेरा चौथा क्वार्टर फाइनल मैच लेही और सोतवाला के बीच में चौथा क्वार्टर फाइनल मैच लेही और सोतवाला के बीच में खोली बिट्टू साडा यार खोली वाला भाई यार साडा बड़ा मेला करवा के यार सामने और के निकला टिकाने लगिया है लै भी बहुत कर दे गल नजर कबड्डी मैदान के बीच कहते गुरदेव उस समय पाग जेड़ा टीम के सिर पर पैर दा वादा कर रहा है कबड्डीया पैरियां चपके लग रहे हैं कबड्डी पाने लिए मुंडा फिर आ गया है और जाफी फुल तैयार रहा है जफा लगू या ना रेड पछू या ना एक पासो मुंडा सिख सरदार लग्या होया है गुरु का खालसा पर दूजे पासे हर कोई कह जाना मुड़ पावर क्षेत्र तो पार नहीं हिंदो जो बंदा मसीब में पै जाना रब पे विश्वास जो रखियो फिर बंदा फड़ कर नहीं रब माड़ा समाता दिता है पर बंदे पख रब समाता माड़ा दिता है पर बंदे बंदे पख रहे कबड्डी मैदान में तो एक पासे कहते फिर मुंडा अगे बल पाता है कबड्डिया पैरियां चपके लग रहे हैं चार खोली वाला भरा कहता जे सौ तार की टीम जी 500 रुपये दिता जाएगा उधर लंगर जेडे वीर ने कही छकिया भी लंगर छक लो साडी बेरी बीरी है राकेश जी कोचिंग देंगे एक बार तारियां मार देंगे ਸਾਨੂੰ ਸਾਡਾ ਯਾਰ ਹੈ ਮੇਰੇ ਵੀਰਾ ਵੀ ਯਾਰ ਸਾਨੂੰ ਯਾਰ ਨਹੀਂ ਭਰਾ ਦਿੱਤੇ ਰੱਬ ਨੇ ਬਾਕੀ ਉਧਰ ਕਲੱਖੀ ਫੋਨ ਲਾ ਦੇ ਜਿਹੜੇ ਐਂ ਕਰਦੇ ਚੱਕਰ ਤੇ ਟੱਕਰ ਜਿਹੜੀ ਖੇਡੀ ਜਾ ਰਹੀ ਹੈ ਮੰਗਾ ਚਾਚਾ ਕਹਿੰਦਾ ਜੀ ਅਭੀ ਟੱਚ ਲੈਂਦਾ ਹਰ ਰੇਟ ਤੇ 100 ਰੁਪਈਆ ਵੀ ਪਿਆਰ ਨਾਲ ਸਾਨੂੰ ਚਾਚਾ ਜੀ ਕਹਿੰਦਾ ਸਾਰਾ ਲਾਕਾ ਜੀ ਪੈਂਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਲੱਗਿਆ ਹੋਇਆ ਜੋਰ ਹੈ ਜਵਾਨਾਂ ਦਾ ਕਹਿੰਦੇ 9 ਦਾ ਸਮਾਂ ਹੋ ਗਿਆ ਪਰ ਮੈਚ ਹਲੇ ਵੀ 3 ਬਾਕੀ ਰਹਦੇ ਆ ਇਸ ਮੈਚ ਤੋਂ ਬਾਅਦ 3 ਮੈਚ ਬਾਕੀ ਰਹਦੇ ਆ ਟੁੱਕੀ ਕੱਢੀ ਹੋਈ ਆ ਚੱਲ ਵੀ ਨੌਈਆਂ ਦਾ ਫੇਰ ਫੇਰ ਹਉ ਕਹਿੰਦੇ ਲੱਗਿਆ ਹੋਇਆ ਜੋਰ ਜਵਾਨੀ ਦਾ ਹਉ ਕਹਿੰਦੇ ਮੇਰੇ ਵੀਰੋ ਪੁਆਇੰਟ ਲੈਣਾ ਪੈਣਾ ਜੇ ਮੈਚ ਜਿੱਤਣਾ ਹੈ ਦੁਨੀਆ ਅੱਜ ਖੜ ਖੜ ਵੇਂਦੀ ਆ ਵੀ ਖੜ ਖੜ ਪੈਂਦੇ ਲੋਕੀ ਸਾਹ ਜੱਟ ਨੂੰ ਆਉਂਦੇ ਯਾਰੋ ਰੁਕਣੇ ਪੂਰੀ ਕਿੱਥੀ ਦੇ ਬੰਦ ਵਿੱਚ ਪੈ ਰਹੀ ਹੈ ਇੱਕ ਪਾਸੇ नाउ सामने कहते उधर मोनू फिर आता पैर मारदा कहना 1100 देना 100 तक की टीम जे जितती है पर अमरीक भी कहते पूरी निगाह गड्डी बैठा और चर्चा होती है नाउ सामने आए ਸਿੱਧੇ ਕਰਦਾ ਏ
ਦੂਜੇ ਪਾਸੋਂ ਕਹਿੰਦਾ ਮੈਂ ਚੁੱਕਾ ਦਾ ਪੂਰਾ ਅੱਗ ਵੜ ਸਕੋਰ ਦੱਸੋ ਇੱਕ ਵਾਰੀ ਲੇਹੀ ਨੇ ਸਕੋਰ ਸੱਤ रामपाल वालों अजो की हर एक क्रिकेट में टच से कहते 100 रुपया दिता जाएगा। बाकी मेरे मेरा सौ ताले की टीम कबड्डी मनाने खोली की धरती है, पता लग जाना किने जितना किने हारना। और दूजे पास वक्खो वक्खरे दा मुंडा इस समय मैदान दे विच ला रहा है। गुगुआ ना समा पीता हुआ चौथे कमेंटर दलां पहले सर्दियों टीम कुड़िया रेडी होकर ग्राउंड को लंघ रह गया। कबड्डी गुरु का खालसा फिर आ गया बड़े भाई चक मैच लाओ सामने कहते खेल मैदान के बच्चे आओ कहते मुंडा आओ सरदार ओ सरदार भाई वाह कबड्डी सोटा मुंडा
सामने कहते मैच मैच तक
ਦਾ ਮੈਚ ਤਕੜਾ ਚੋਟੀ ਦਾ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਹੈ ਨਾਲ ਗੱਲਾਂ ਕਹਿੰਦੇ ਟਿਕਾਣੇ ਰੱਖੀਆਂ ਹੋਈਆਂ ਉਧਰ ਟੁੱਕੀ ਨਿਕਲੀ ਹੋਈ ਹੈ ਆਹ ਮੈਚ ਦੇ ਵਿੱਚ ਕਹਿੰਦੇ ਜਾਨ ਬਾਲੀ ਲੱਗੀ ਹੋਈ ਹੈ ਮੁੰਡਿਆਂ ਦੀ ਲੋਕੀ ਕਹਿੰਦੇ ਮੇਰੇ ਵੀਰ ਸਵਾਦ ਲੈਂਦੇ ਆ ਚੱਲ ਰਹੇ ਮੈਚ ਦਾ ਉਧਰ ਧਿਆਨ ਭਾਜੀ ਦਾ ਕਹਿੰਦੇ ਮੇਰੇ ਵੀਰ ਲਾਈਵ ਚੱਲਦਾ ਹੈ ਬਹੁਤ ਵੱਡੀ ਵੈਬਸਾਈਟ ਹੈ ਪਿਓਰ ਪੰਜਾਬ ਬਾਕੀ ਮੇਰੇ ਵੀਰ ਲਾਈਵ ਟੀਵੀ ਹੈ ਯੂਟਿਊਬ ਤੇ ਸਰਚ ਮਾਰੋ ਦੁਨੀਆ ਜੁੜੀ ਬੈਠੀ ਹੈ ਨੈਟ ਤੇ ਜੁੜਿਆ ਤੇ ਸਵਾਦ ਆਉਂਦਾ ਬਾਹਲਾ ਕੱਲੀ ਕੱਲੀ ਕਬੱਡੀ ਨੂੰ ਦਿਖਾਉਂਦਾ ਪਿਓਰ ਪੰਜਾਬ ਵਾਲਾ ਕੱਲੀ ਕੱਲੀ ਕਬੱਡੀ ਨੂੰ ਦਿਖਾਉਂਦਾ ਪਿਓਰ ਪੰਜਾਬ ਵਾਲਾ ਐਨ ਕਹਿੰਦੇ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਬੰਦਾ ਟਿਕਾਣੇ ਲੱਗੀਆਂ ਹੋਈਆਂ ਐਨ ਕਹਿੰਦੇ ਫੇਰ ਕਬੱਡੀ ਪਾਉਣ ਦੇ ਲਈ 6 ਨੰਬਰ ਦੀ ਕਿੱਟ ਦੇ ਵਿੱਚ ਮੁੰਡਾ ਕਹਿੰਦੇ ਖੁੱਲੀ ਦੀ ਧਰਤੀ ਤੇ ਵਧਿਆ ਹੋਇਆ ਨਾਉ ਬੋਲਿਆ ਹੋਇਆ ਧਾਵਾ ਮੋਹਿਤ ਕਰਦੇ ਗੱਲ ਮੁੰਡੇ ਸਭੇ 6 ਨੰਬਰ ਕਿੱਟ ਦੇ ਵਿੱਚ ਧਾਵਾ ਬੋਲਿਆ ਹੋਇਆ ਔਰ ਦੂਜੇ ਪਾਸੇ ਚੱਪੀ ਕਹਿੰਦੇ ਫੁੱਲ ਪਿਆਰਾ ਪਰ ਮੁੰਡਾ ਭੱਜ ਤੁਰਿਆ ਮੁੰਡਾ ਭੱਜ ਤੁਰਿਆ ਖੋਲੀ ਪਿੰਡ ਦਾ ਮੇਲਾ ਵੇਖ ਲਓ ਆ ਮੁੰਡੇ ਹੁੰਦਰੇ ਸ਼ਬਦ ਬਗਾ ਰਿਹਾ ਦੂਜੇ ਪਾਸੇ 6 ਚੱਪੀਆਂ ਦੇ ਵਿੱਚੋਂ ਕਹਿੰਦੇ ਸੋਚ ਵਾਲੇ ਪਿੰਡ ਵਾਲੇ ਮੁੰਡੇ ਦੁਨੀਆ ਨੂੰ ਆਸ ਹੈ ਤੁਹਾਡੇ ਦੀ ਵੀ ਕੁਝ ਕਰਨਗੇ ਜੱਫਾ ਲਾਉਣਾ ਪੈਣਾ ਜੱਫਾ ਲਾਉਣਾ ਪੈਣਾ ਕਿੱਧਰੋਂ ਆ ਕਬੱਡੀ ਬਣਾਉਣ ਦੇ ਵਿੱਚ ਖਿਡਾਰੀ ਹੈ ਪਰ ਦੂਜੇ ਪਾਸੇ ਲਿਹੀ ਵਾਲਾ ਬੰਦਾ ਪਾਲੇ ਦੇ ਵਿੱਚ ਦੁਬਾਰਾ ਵਰਤਿਆ ਇਸਦੇ ਕਬੱਡੀ ਕਬੱਡੀ ਕਰ ਰਿਹਾ ਹੈ ਚੋਟੀ ਦੀਆਂ ਟੀਮਾਂ ਕਹਿੰਦੇ ਚੋਟੀ ਦੇ ਪਲੇਅਰ ਪਰ ਦੂਜੇ ਪਾਸੇ ਜੱਫਾ ਲੱਗੂਆ ਨਾ ਰੇਡਰ ਪੱਛੂਆ ਨਾ ਪੰਜ ਜੱਫੀ ਹੈ ਕਵੀ ਮੁੰਡੇ ਉਧਰ ਸੋਨ ਪਿੰਡ ਵਾਲਾ ਬੰਦਾ ਭੱਜ ਰਿਹਾ ਹੈ